ਮੇਰੀ ਸਰਤਾਜ, ਇਹ ਅਹਿਮਦਾਬਾਦ ਜਦੋਂ ਦਾ ਤੁਸਾਂ ਲਾਇਆ ਤੇ ਬੜਾ ਸਾਨੂੰ ਪ੍ਰਾਫਿਟ ਹੋ ਰਿਹਾ। ਵੇਖਣਾ ਮੈਂ ਤੇਰੇ ਨਾਲ ਵਿਆਹ ਕੇ ਆਈ ਆ, ਤੇਰੇ ਨਾਲ ਮੇਰੀ ਸ਼ਾਦੀ ਹੋਈ ਹੈ ਤੇ ਇਹ ਸਾਨੂੰ ਕਿਤਨਾ ਪ੍ਰਾਫਿਟ ਆਉਣਾ ਸ਼ੁਰੂ ਕਰ ਦਿੱਤਾ। ਪਹਿਲੇ ਤਾਂ ਤੂੰ ਇੰਜ ਫੂਟੀ ਕੁੜੀਆਂ ਦੇ ਬਾਅਦ ਤੈਨੂੰ ਕੋਈ ਸ਼ਾਇ ਕੋਈ ਸੀ ਲੱਗੀ, ਹੁਣ ਜਦੋਂ ਦੀ ਮੈਂ ਤੇਰੇ ਨਾਲ ਆ ਗਈ ਆ ਤੇ ਵੇਖ ਲੈ। ਪੈਸੇ ਵੈਸੇ ਵੀ ਤੈਨੂੰ ਪਤਾ ਕਿ ਔਰਤ ਦੇ ਮੁਕੱਦਰ ਨਾਲ ਆਉਂਦਾ ਹੈ। ਇਹ ਤੱਕ ਨੇ ਕਟੋਰੇ ਭਰ ਭਰ ਕੇ ਤੇ ਟੋਕਰੀਆਂ ਭਰ ਭਰ ਕੇ ਅਸੀਂ ਮੰਡੀਆਂ ਦੇ ਵਿੱਚ ਭੇਜਦੇ ਪਏ। ਦੇਖਣਾ ਹੈ ਤੇ ਕਿਤਨਾ ਪੈਸਾ ਤੇਰੇ ਕੋਲ ਆ ਰਿਹਾ। ਉਹੀ ਤਾਂ ਖਾਂ, ਤੇਰੇ ਕੋਲ ਪੈਸਾ ਥੋੜਾ ਆਉਣਾ ਸੀ, ਹੁਣ ਤੱਕ ਨਾ ਹਮ ਅਸੀਂ ਇਹ ਭੇਜਦੇ ਪਏ। ਹੁਣ ਇਸ ਤਰ੍ਹਾਂ ਕਰਕੇ ਹੁਣ ਕੋਈ ਮਜ਼ਦੂਰ ਮਜ਼ਦੂਰ ਸ਼ਜ਼ਦੂਰ ਨਾਲ ਲਾ ਕੇ ਮੇਰੇ ਪੈਰੇ ਸਰਤਾਜ ਖਾਨ ਮੀਆਂ ਤੇ ਮਜ਼ਦੂਰ ਲਾ ਕੇ ਹੀ ਹਮ ਦੇ ਜਿਤਨੇ ਵੀ ਹੁੰਦੇ ਜਿਤਨਾ ਬਗੀਚੇ ਚ ਫਰੂਟ ਆਉਂਦਾ ਤੇ ਇਹ ਤਾਂ ਕਿ ਜਿਹੜਾ ਮਜ਼ਦੂਰ ਭਰ ਭਰ ਕੇ ਜਿਹੜਾ ਨਾ ਕੱਟ ਕੱਟ ਕੇ ਤੇ ਨਾਲੇ ਇਹਦੇ ਨਾਲ ਤੇ ਗੱਡੀਆਂ ਤੇ ਮੰਡੀਆਂ ਚ ਲੈ ਜਾਣ ਤੇ ਇਹਨਾਂ ਟੋਕਰੀਆਂ ਦੇ ਵਿੱਚ ਭਰ ਕੇ ਲੈ ਜਾਣ। ਹਾਂ ਬੇਗਮ, ਤੂੰ ਸਹੀ ਕਹਿੰਦੀ ਹੈ, ਪੈਸਾ ਔਰਤ ਨਾਲ ਮੁਕੱਦਰ ਨਾਲ ਹੀ ਆਉਂਦਾ। ਔਰ ਜਦੋਂ ਦੀ ਤੂੰ ਮੇਰੇ ਨਾਲ ਸ਼ਾਦੀ ਵਿਆਹ ਕੇ ਆਈ ਹੈ, ਵਾਕਈ ਤੇਰੇ ਮੁਕੱਦਰ ਤੋਂ ਅੱਗੇ ਤਾਂ ਬਗੈਰ ਕੁਛ ਵੀ ਨਹੀਂ ਸੀ, ਅਤੇ ਤੇਰੇ ਆਉਣ ਬੜੇ ਆਮ ਮੇਰੇ ਇਹ ਬਹੁਤ ਜ਼ਿਆਦਾ ਹੋਣ ਲੱਗ ਪਏ ਅਤੇ ਬਹੁਤ ਜ਼ਿਆਦਾ ਮੇਰਾ ਫਰੂਟ ਹੋਣ ਲੱਗ ਪਿਆ। ਆਵਾਮ ਖੋ ਖੋ ਕੇ ਅਤੇ ਖਾਂਦੀ ਵੀ ਪਈ ਹੈ ਅਤੇ ਮੰਡੀਆਂ ਦੇ ਵਿੱਚ ਵੀ ਜਾਂਦਾ ਪਿਆ। ਔਰ ਤੇਰੀ ਪਿਆਰੀ ਗੋਲ ਮਟੋਲ ਸ਼ਕਲ, ਤੇਰੀ ਸ਼ਕਲ ਵੇਖ ਕੇ ਤਾਂ ਮੈਂ ਐਵੇਂ ਤਾਂ ਨਹੀਂ ਤੇਰੇ ਤਾਂ ਫਰਿਫਤ ਹੋਇਆ ਸਾਂ, ਤੇਰੇ ਤਾਂ ਮੈਨੂੰ ਪਿਆਰ ਆ ਗਿਆ ਸੀ ਦੇਖ ਲੈ। ਅਤੇ ਹੁਣ ਅਸੀਂ ਅੰਬ ਅਤੇ ਬਗੀਚੇ ਦਾ ਇਹ ਫਰੂਟ ਜਿਹੜਾ ਨਾ ਤਰੁੰਡ ਤਰੁੰਡ ਕੇ ਅਤੇ ਅਸੀਂ ਲੈ ਕੇ ਜਾਂਦੇ ਪਏ ਹਾਂ। ਵੇਖਣਾ ਅਸੀਂ ਇਸ ਨੂੰ ਬਾਗ ਦੇ ਨਾਲ ਉਹ ਖੇਡ ਕੇ ਅਤੇ ਲੈ ਕੇ ਅਤੇ ਮੰਡੀਆਂ ਦੇ ਵਿੱਚ ਵੇਚ ਰਹੇ ਹਾਂ। ਔਰ ਤੇਰੇ ਜੈਸੀ ਖੂਬਸੂਰਤ ਦੋ ਚਾਰ ਮੈਨੂੰ ਦੋਸ਼ੀ ਤਾਂ ਹੋਰ ਮਿਲ ਜਾਣ ਤਾਂ ਫਿਰ ਮੈਂ ਉਹਨਾਂ ਨੂੰ ਇਹ ਨੱਪ ਕੇ ਬਗੀਚੇ ਦੇ ਵਿੱਚ ਲਾਵਾਂ। ਹਾਂ ਸਹੀ ਹੈ ਨਾ? ਵੇਖ ਲੈ ਮੇਰੀ ਆਉਣ ਨਾਲ ਤੇਰੀ ਮੁਕੱਦਰ ਹਰੇ ਭਰੇ ਹੋ ਗਏ ਨੇ ਖਾਨ, ਮੇਰੀ ਲੰਮੀ ਟੰਗਾਂ ਵਾਲੇ, ਮੇਰੇ ਪੈਰੇ ਸਰਤਾਜ ਤੇ ਲੰਮੀ ਸੂੰਡ ਵਾਲੇ। ਦੇਖਣਾ ਤੇਰੇ ਖੇਤ ਹਰੇ ਭਰੇ ਹੋ ਗਏ ਤੇ ਬਗੀਚੇ ਤੇ ਫਰੂਟ ਤੇਰਾ ਖਤਮ ਹੀ ਨਹੀਂ ਹੁੰਦਾ। ਮੈਂ ਕਿਤਨੀ ਮੁਕੱਦਰ ਵਾਲੀ ਆ। ਹੋ ਤੇਰੇ ਜਿਹੀਆਂ ਮੈਨੂੰ ਦੋ ਹੋਰ ਮੁਕੱਦਰ ਵਾਲੀ ਮਿਲ ਗਈਆਂ ਤੇ ਮੇਰਾ ਤੇ ਬਿਲਕੁਲ ਹਰ ਚੀਜ਼ ਪਸ਼ੂਆਂ ਰੁਪਈਆਂ ਮੈਂ ਖੇਡਦਾ। ਠੀਕ ਹੈ ਨਾ? ਬਹੁਤ ਜ਼ਬਰਦਸਤ ਕਿਸਮ ਦਾ ਵਾਕੇ, ਤੂੰ ਆਪਣੇ ਆਪ ਨੂੰ ਬਹੁਤ ਮੁਕੱਦਰ ਵਾਲੀ ਸਮਝਣੀ ਹੈ ਤੇ ਠੀਕ ਹੈ, ਚੱਲ ਵੇਖੀ ਜਾ ਪਹਿਲੇ ਹਾਲਾ ਤੇ ਆਮ ਤੋੜ ਨਾ, ਫਿਰ ਤੇਰੇ ਮੁਕੱਦਰ ਨੂੰ ਕੋਈ ਸੈੱਟ ਕਰਦੇ ਹਾਂ। ਪਿਆਰੇ ਦੋਸਤੋ, ਵੀਡੀਓ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਨਾਲ ਲੱਗੇ ਘੰਟੀ ਦੇ ਬਟਨ ਨੂੰ ਲਾਜ਼ਮੀ ਦਬਾ ਦਿਓ ਤਾਂ ਕਿ ਸਾਡਾ ਆਉਣ ਵਾਲਾ ਨਵਾਂ ਸਿਆਸਤ ਆਪਣੀ ਫਨੀ ਖਾਕਾ ਉਸ ਤੋਂ ਬਰ ਵਕਤ ਨੋਟੀਫਿਕੇਸ਼ਨ ਤੋਂ ਸਾਨੂੰ ਮਿਲਦਾ ਰਹੇ। ਇਸ ਦਾ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਹੈ, ਸਿਰਫ ਸਾਨੂੰ ਅਸਾਨ ਵਾਸਤੇ ਫਰੈਸ਼ਮੈਂਟ ਵਾਸਤੇ ਇਹ ਫਨੀ ਖਾਕੇ ਬਣਾਏ ਜਾਂਦੇ ਹਨ।